السلام علیکم جناب. وعلیکم السلام جناب. جناب کیا حال ہے؟ صرف ٹھیک ہے جی الحمدللہ جناب. اچھا جناب، محمد شہباز تسانے بارے وچ انہاں موقف دیتا ہے کہ انہاں رکشہ ٹوٹل 2,30,000 روپے دیتا جی، نالے 8,000 روپے مہینہ اس کی سوں کس تسانے کنے ڈیو جی؟ بالکل یار، ٹھیک ہے یہ گل ہے جی. اپ تسانا موقف کیسے والے نے پوری ویڈیو تک کی ہو سی سوں جی؟ ہاں میں ساری ویڈیو تک کی ہے جناب. اوپر آ ساڑا جی تے چھوٹا بھائی عزیز ہے، بلکہ میں اس کی 3-4 واری نال بھی اپنے کھڑیا اوتھا جی. ਵੀਰਾਂ ਲੈ ਗਏ ਆ ਜਿਸ ਪਾਰਟੀ ਕੋਲੋਂ ਮੈਂ ਰਕਸ਼ਾ ਆਉਂਦੇ ਆ, ਮੈਂ ਸ਼ੋਰੂਮੇ ਪਰੋਂ ਆਉਂਦੇ ਆ ਤੇ ਜਨਾਬ ਮੈਂ ਉਹਨੂੰ ਕੀ ਕੋਈ ਤਕਰੀਬਨ 6-7 ਚੱਕਰ ਮੈਂ ਲਾਏ, ਫਿਰ ਮੈਂ ਇਸ ਬੰਦੇ ਕੀ ਵੀ ਨਾਲ ਖਾਣਾ ਰਿਹਾ ਕਿ ਇਹ ਨਾ ਆਖਿਆ ਕਿ ਸਾਡੇ ਨਾਲ ਨਾਲ ਟੁਰਨਾ, ਸਾਡੇ ਨਾਲ ਖਾਣਾ ਪੀਣਾ, ਸਾਡੇ ਨਾਲ ਬਹਿਣਾ ਉੱਠਣਾ, ਇਹ ਸਾਡੇ ਨਾਲ ਦੋ ਨੰਬਰੀ ਕਰਨਾ. ਔਰ ਇਸ ਤੋਂ ਪਿਛਲੀ ਵਾਰੀ ਜਿਹੜਾ ਮੈਂ ਇਸ ਬੰਦੇ ਕੀ ਨਾਲ ਖੜਿਆ ਸ਼ਬਾਜ਼ ਕੀ, ਔਰ ਖਰਚਾ ਵੀ ਸ਼ਬਾਜ਼ ਕਰਦਾ ਗਿਆ ਆਪਣੀ ਤਰਫੋਂ, ਠੀਕ ਹੈ? ਇਸ ਤੋਂ ਪਿੱਛਾ ਜਿਹੜਾ ਖਰਚਾ ਕਰਨਾ ਰਿਹਾ ਮੈਂ ਕਰਨਾ ਰਿਹਾ. ਮੈਂ ਸੀ ਆਖਿਆ ਕਿ ਮੈਂ ਵੀ ਤੁਹਾਡੇ ਯਾਰ ਦਿਹਾੜੀਦਾਰ ਹਾਂ, ਗਰੀਬ ਆਦਮੀ ਹਾਂ, ਰਕਸ਼ਾ ਚਲਾਉਣਾ, ਇਸ ਵਾਰੀ ਮਾੜੇ ਕੋਲ ਪੈਸੇ ਕੋਈ ਨਹੀਂ, ਤੂੰ ਮਿਹਰਬਾਨੀ ਕਰ, ਤੂੰ ਕਿਰਾਇਆ ਛੇ ਜਣੇ ਲਾਈ ਛੋੜ, ਤਾਂ ਖਾਣੇ ਪੀਣੇ ਨਾਲ ਜਿਹੜਾ ਸਿਸਟਮ ਹੈ ਉਹ ਮੈਂ ਕਰੀ ਗਿਆ. ਸਹੀ ਗੱਲ, ਸਹੀ ਗੱਲ. ਮੈਂ ਜਨਾਬ ਇੱਥੋਂ ਗਿਆ ਉੱਥੇ ਗੁਜਰਾਂ ਲੈ, ਉੱਥੇ ਜਨਾਬ ਮੈਂ ਬੜੇ ਬੜੇ ਤਗੜੇ ਬੰਦਿਆਂ ਕੋਲ ਵੀ ਗਿਆ, ਮੈਂ ਥਾਣੇ 'ਚ ਵੀ ਗਿਆ, ਮੈਂ ਵਾਈਸ ਚੇਅਰਮੈਨ ਜਨਾਬ ਇਜਾਜ਼ ਸਾਹਿਬ, ਇਜਾਜ਼ ਬਾਟ ਸਾਹਿਬ, ਜਨਾਬ ਮਾਡਲ ਟਾਊਨ ਨੇ, ਇਹ ਜਨਾਬ ਕੰਗਣੀ ਵਾਲਾ ਬਾਈਪਾਸ ਜੀ, ਜਨਾਬ ਪਾਰਕ ਨੇ ਕੋਲ, ਉਹਨਾਂ ਨੇ ਪਿੱਛੇ ਕੋਠੀ ਹੈ ਜਨਾਬ, ਉੱਥੇ ਉਹਨਾਂ ਨੇ ਇੰਤਜ਼ਾਰ ਕੀਤਾ ਕੋਈ 4-5 ਘੰਟੇ, ਫਿਰ ਉਹ ਜਨਾਬ ਆਏ, ਉਹਨਾਂ ਫੋਨ ਕੀਤਾ ਬਕਾਇਦਾ ਕਿ ਤੁਸਾਂ ਇਹਨਾਂ ਬੰਦੇ ਆਜ਼ਾਦ ਕਸ਼ਮੀਰ ਤੋਂ ਆਏ ਤਾਂ ਤੁਸੀਂ ਇਹਨਾਂ ਕੀ ਪੇਪਰ ਕਿਉਂ ਨਾ ਦੇ ਰਹੇ? ਉਹ ਜਨਾਬ ਬਦਮਾਸ਼ੀਆਂ ਕਰਨੇ ਨੇ ਬੰਦੇ, ਉਹ ਇਹ ਗੱਲ ਬਣੇ ਜਨਾਬ ਕਿ ਤੁਸਾਂ ਨਾ ਕੋਈ 40-50,000 ਰੁਪਈਆ ਅਸਾਂਗੀ ਹੋਰ ਦਿਓ, ਤਾਂ ਅਸਾਂ ਤੁਸਾਂ ਕੀ ਤਾਂ ਪੇਪਰ ਦੇ ਸਾਂ, ਇਸ ਤੋਂ ਇਲਾਵਾ ਅਸਾਂ ਤੁਸਾਂ ਕੀ ਪੇਪਰ ਨਾ ਦੇਣੇ. ਅੱਛਾ, ਇੱਕ ਗੱਲ ਇਹ ਹੋਈ ਜਨਾਬ, ਤਾਂ ਦੂਈ ਗੱਲ ਇਹ ਹੋਈ ਜਨਾਬ ਕਿ ਜਿਹੜੀ ਇਹ ਸ਼ਬਾਜ਼ ਦੀ ਗੱਲ ਹੈ, ਮੈਂ ਇਸ ਕੀ ਇਹ ਗੱਲ ਬਾਈ, ਮੈਂ ਬਾਈ ਤੂੰ ਭਰਾ ਹੈ ਸਾਲਾ, ਤੂੰ ਪ੍ਰਦੇਸ਼ ਚੋਂ ਕਿੱਥੋਂ ਆਏ, ਬਹਾਵਲਪੁਰ ਤੋਂ, ਇਹਦਾ ਤਾਂ ਅਸਾਂ ਤੁਹਾਨੂੰ ਜ਼ਿਆਦੀ ਨਾ ਕਰਨੇ, ਤੂੰ ਲਿਆਦਾ ਇਸ ਰਾਹ ਕਰਕੇ ਤੂੰ 4 ਬੰਦੇ ਆਪਣੀ ਤਰਫੋਂ ਬਾਲ, ਉਹ 4 ਬੰਦੇ ਮੈਂ ਤੇ ਆਪਣੀ ਤਰਫੋਂ ਬਾਲ ਸਾਂ, ਤੇ ਜਿਹੜੀ ਉਹ ਗੱਲ ਸੰਜੀਦਗੀ ਨਾਲ ਮੁਕਾਸਨ, ਉਹ ਅਸਾਂ ਤੋਂ ਉਸ ਪਰ ਪੂਰਾ ਮਾਦਾ ਹੋਸਾਂ, ਔਰ ਤੁਹਾਡੀ ਗੱਲ ਅਸਾਂ ਜਿਹੜਾ ਨਾ ਇਹ ਅਸਾਂ ਉਸਨੇ ਪਰ ਪੂਰਾ ਮੈਂ ਪੂਰਾ ਉਤਰਸਾਂ ਤੁਹਾਡੇ ਉਸ ਬਾਰੇ. ਬੈਠੇ ਹਾਂ ਜਨਾਬ ਤਾਰ ਰਹਿਮਾਨ ਤਾਰੀ ਸਾਹਿਬ ਨੇ ਜਨਾਬ ਉਹਨਾਂ ਸਾਡੀ ਗੱਲ ਮੁਕਾਈ ਸੀ ਆਪਣੇ ਉੱਥੇ ਕਾਲੋਨੀ ਚੌਕਾ 'ਚ ਬੈਠਦਾ, ਉਸ ਤੋਂ ਬਾਅਦ ਜਨਾਬ 2-3 ਬੰਦੇ 4 ਹੋਰ ਵੀ ਆਸਨ ਨਾਲ ਤਗੜੇ ਤਗੜੇ, ਤਾਂ ਉਹਨਾਂ ਇਹ ਗੱਲ ਆਖੀ ਹੈ ਕਿ ਸਾਡੀ ਗੱਲ ਮੁਕਾਈ ਕਿ ਜਨਾਬ ਅਗਰ ਰਕਸ਼ੇ ਨੇ ਪੇਪਰ ਨਹੀਂ ਲੱਭਣੇ ਤਾਂ ਇਹ ਗੱਡੀ ਕੌਣ ਰੱਖੀ ਹੈ, ਰਕਸ਼ਾ ਕੌਣ ਰੱਖੀ? ਤਾਂ ਸ਼ਬਾਜ਼ ਆਖਿਆ ਜੀ ਕਿ ਰਕਸ਼ਾ ਮੈਂ ਰੱਖਾਂ, ਔਰ ਇਸਨੇ ਮੁਤਬਾਦਲ ਜਿਹੜੇ ਪੈਸੇ ਬੰਨੇ ਨੇ, ਮਤਲਬ 60,000 ਬੰਨਾ, 70,000 ਬੰਨਾ, ਉਹ ਤੁਸੀਂ ਮਿਗੀ ਦੇਣਾ. ਮੈਂ ਆਮੀ ਭਰੀ ਉੜੀ ਉੱਥੇ ਜਨਾਬ, ਮੈਂ ਉਸੇ ਆਖਿਆ ਜੀ ਮੈਂ ਤੁਸੀਂ 60-70,000 ਰੁਪਈਆ ਜਿਹੜਾ ਉਹ ਤੁਸੀਂ ਮੈਂ ਦੇਸਾਂ, ਤਾਂ ਤੂੰ ਮਾੜਾ ਭਰਾ ਰਕਸ਼ਾ ਇੱਥੇ ਰੱਖ ਤਾਂ ਚਲਾ, ਤਾਂ ਇਸਨੇ ਬਾਅਦ ਕੋਈ ਜ਼ਿੰਮੇਦਾਰੀ ਹੈ ਜਨਾਬ ਤੁਹਾਡੇ ਪਰ, ਅਗਰ ਕੋਈ ਐਸਾ ਮਸਲਾ ਹੋ ਜਾਣਾ ਉਸ ਜ਼ਿੰਮੇਦਾਰ ਮੈਂ ਹਾਂ ਜਨਾਬ. ਮਾਗਲਾ ਸ਼ੋਰੂਮੇ ਨੇ ਪੇਪਰ ਹੈ, ਉਹਨਾਂ ਬੰਦਿਆਂ ਨੇ ਸਾਈਨ ਗੁੰਠੇ ਹੋਏ ਵੇ ਨਾਲ, ਉਹਨਾਂ ਬੰਦਿਆਂ ਨੇ ਜਨਾਬ ਨੰਬਰ ਸ਼ਾਤੀ ਕਾਰਡ ਨੰਬਰ ਲਿਖੇ ਉਹਨਾਂ ਬੰਦਿਆਂ ਨੇ ਜਿਸ ਸ਼ੋਰੂਮੇ ਨੇ ਮਾਗਲਾ ਪੇਪਰ ਹੈ. ਤੇ ਇਹ ਬੰਦੇ ਫਿਰ ਕੀ ਨਹੀਂ ਸੀ ਦੇਣੇ ਜਨਾਬ? ਇਹਨਾਂ ਨਾਲ ਕਿਸੇ ਗੱਲ ਬਾਤ ਕੀਤੀ ਸੀ? ਉਹ ਬੰਦੇ ਪੰਜਾਬ ਨੇ ਸਰਕਾਰ, ਇਹ ਗੱਡੀ ਜਨਾਬ ਇਹ ਉਹ ਤਲੇ ਤੋਂ ਗੱਲ ਬਾਤ ਤੋਂ ਨਾ ਕਤੀ ਤੁਸਾਂ ਨਾਲ 50,000 ਰੁਪਿਆ ਵਿੱਚ ਹੋਰ 300 ਜਾਂ 40,000 ਜੀ ਜਿੱਤਨੇ, ਉਸ ਨਾਲ ਗੱਲ ਨਹੀਂ ਹੋਈ ਹੈ ਇਸ ਬਾਰੇ. ਤੇ ਫਿਰ ਕਿਸੇ ਤਰਫੋਂ ਗਲਤੀ ਹੋਈ, ਤੁਸੀਂ ਤਰਫੋਂ ਹੋਈ ਜਾਂ ਉਹਨਾਂ ਤਰਫੋਂ ਹੋਈ ਹੈ? ਸਰ ਉਹਨਾਂ ਬੰਦੇ ਤਰਫੋਂ ਹੋਈ ਹੈ. ਮੈਂ ਦੁਬਾਰਾ ਜਿਹੜਾ ਚੱਕਰ ਲਾਇਆ ਨਾ, ਜਿਹੜਾ ਮੈਂ ਆਖਰੀ ਚੱਕਰ ਲਾਣੇ ਦਾ ਗਿਆ, ਉਹਨਾਂ ਵੀ ਇਹ ਡੇਟ ਦਿੱਤੀ ਕਿ 8-2-2024 ਅਦਰ ਕਲੋਜ਼ ਕਰੋ ਜੀ. ਇਹ ਤਾਂ ਕੋ ਕਹਿ ਲਿਖਿਆ ਜਾਂਦਾ ਜੀ? ਸਹੀ ਗੱਲ. ਇਸ ਤਾਰੀਖ ਪਰ ਅਸਾਂ ਗਏ, ਉਹਨਾਂ ਦੀਆਂ ਵਾਇਸਾਂ ਮੌਜੂਦ ਨੇ ਸਰ, ਮਾਗਲਾ ਰਿਕਾਰਡਿੰਗਾਂ ਉਹਨਾਂ ਦੀਆਂ ਮੌਜੂਦ ਜੀ. ਮੈਂ ਜਨਾਬ ਆਪੋਂ ਬਹੁਤ ਪਰੇਸ਼ਾਨ ਹੋਏ ਹਾਂ, ਮੈਂ ਇਸ ਟੈਨਸ਼ਨ ਦਾ ਸ਼ਿਕਾਰ ਹੋਇਆ ਕਿ ਇਹ ਬੰਦਾ ਸਾਡਾ ਭਰਾ ਸੀ, ਨਿਕਾਹ ਕੋਈ ਨਹੀਂ ਮਸਲਾ ਹੈ, ਸਾਡੇ ਨਾਲ ਰਿਹਾ, ਅਸਾਂ 6 ਖੇਨੇ ਅਸੀਂ ਖਾਣੇ ਪੀਣੇ ਇਕੱਠੇ ਜਨਾਬ, ਤਾਂ ਮੀਂਹ ਬੰਦੇ ਤਬਾੜ ਕੀਤਾ, ਇਤਨਾ ਬੜਾ ਰਿਸਕ ਆਇਆ ਉਸੇ? ਬਿਲਕੁਲ ਹੀ ਆ ਗੱਲ ਹੈ ਜਨਾਬ. ਤਾਂ ਮੈਂ ਸਭ ਤੱਕੋ ਅਗਰ ਉਹ ਬੰਦਾ ਸਾਡਾ ਠੀਕ ਟੁਰਨਾ ਰਿਹਾ ਤਾਂ ਮੈਂ ਵੀ ਉਸਨੇ ਠੀਕ ਟੁਰਨਾ. ਉਹ ਇਸ ਬੰਦੇ ਕੀ ਥਾ ਕਸ਼ਮੀਰ 'ਚ ਕੋਈ ਬੰਦਾ ਜਨਾਬ ਨਹੀਂ ਸੀ ਦੇਣਾ, ਨਾ ਕੋਈ ਰਕਸ਼ਾ ਚਲਾਉਣੇ ਤਾਂ ਦੇਣਾ ਸੀ, ਨਾ ਕੋਈ ਰਿਆਸ਼ ਦੇਣਾ ਸੀ. ਇਸ ਬੰਦੇ ਨੇ ਜਨਾਬ ਜਿੱਥੇ ਥੋੜ੍ਹੀ ਸਾਡੇ ਕੋਲ ਹੈਲਪ ਹੋਈ ਹੈ ਅਸਾਂ ਕੀਤੀ ਹੈ, ਅਸਾਂ ਹੁਣ ਗਿਣਨਾ ਨਾ ਚਾਹੁੰਦੇ,
ਤੇ ਇਸ ਬੰਦੇ ਮੈਂ ਰਕਸ਼ਾ ਕਿਸ਼ਤਾਂ ਪਰ ਦਿੱਤਾ ਸੀ, ਉਸ ਲੈ ਜਾਣਾ ਸੀ, ਮੈਂ ਗਰੀਬ ਹਾਂ ਜਨਾਬ, ਤੇ ਇਹ ਬੰਦੇ ਮੈਂ 70,000 ਰੁਪਈਆ ਦਿੱਤਾ ਸੀ ਪਹਿਲੇ, ਠੀਕ ਹੈ, ਔਰ ਬਾਕੀ 2,30,000 ਮੈਂ ਗੱਡੀ ਦਿੱਤੀ ਸੀ, ਬਾਕੀ 15-16 ਮਹੀਨੇ ਟਾਈਮ ਸੀ, ਇਸ 16 ਮਹੀਨੇ 'ਚ ਮੈਂ ਰਕਸ਼ਾ ਕਲੀਅਰ ਕਰਨਾ ਸੀ, ਲੇਕਿਨ ਇਸ ਬੰਦੇ ਕਾਫੀ ਟਾਈਮ ਲਾਇਆ, ਚਲੋ ਕੋਈ ਬਾਤ ਨਹੀਂ, ਸਾਡਾ ਨਿੱਕਾ ਭਰਾ, ਅਸਾਂ ਇਸ ਚੀਜ਼ ਕਿੰਨਾ ਅੱਗੇ ਆਉਂਦੇ, ਲੇਕਿਨ ਇਹ ਆ ਕਿ ਮਾੜੀ ਥੋੜ੍ਹੀ ਜਿਹੀ ਇਹ ਗੁਜ਼ਾਰਿਸ਼ ਹੈ ਜਨਾਬ ਅੱਗੇ ਕਿ ਅਗਰ ਜਨਾਬ ਨੇ ਕੋਈ ਥੋੜ੍ਹੀ ਬਹੁਤੀ ਚੱਲਣੀ ਹੈ ਕੋਈ ਤਾਂ ਥਾਣੇ 'ਚ ਕਚਹਿਰੀ ਜਾਂ ਉਹਨਾਂ ਬੰਦਿਆਂ ਅੱਗੇ ਮਾੜੀ ਹੈਲਪ ਕੀਤੀ ਜਾਏ, ਜੇ ਮੈਂ ਉੱਥੋਂ ਕਾਗਜ਼ ਕਿੰਨਾ ਤਾਂ ਮੈਂ ਮੁਹੰਮਦ ਸ਼ਹਿਬਾਜ਼ ਵਕੀਲ ਨੇ ਸਪੋਰਟ ਜਨਾਬ ਪਹਿਲੀ ਗੱਲ ਹੈ ਮਾਣੀ ਦੇ ਉਹਦੇ ਸਲਾਮਦਵਾ ਕੋੜੀ ਤੁਸੀਂ ਖੁਦ ਆਖਿਆ ਕਿ ਤੁਸੀਂ ਕਿਸੇ ਬੰਦੇ ਨੇ ਉੱਥੇ ਬੜੇ ਨਾਲ ਗੱਲ ਕੀਤੀ, ਉਹਨਾਂ ਨੇ ਗੱਲ ਨਹੀਂ ਬੁੱਝੀ, ਇਹ ਮੁਕਾਮੀ ਬੰਦੇ ਰਹਿਣੇ ਨੇ ਤੇ ਮੈਂ ਵੀ ਤੁਹਾਨੂੰ ਜ਼ਿਆਦਾ ਕਸ਼ਮੀਰ ਜੈਸਾ ਮਾਣੀ ਸਲਾਮਦਵਾ ਕੋੜੀ, ਮੈਂ ਇਸ ਗੱਲ ਨਾਲ ਐਗਰੀ ਨਾ, ਤੇ ਬਾਕੀ ਚਲੋ ਇਸਕੀ ਵੀ ਗੱਲ ਬਸ ਹਾਂ ਬਈ ਰਕਸ਼ਾ ਸੱਚੀ ਗੱਲ ਦੀ ਬਾਹ ਮੈਂ ਬਈ ਇਹ ਰਕਸ਼ਾ ਤੁਸੀਂ ਵਾਪਸ ਦੇ, ਕੋਈ ਲੈਣ ਦੇਣ ਕਰੀ ਗਏ ਸਾਨੂੰ ਤੂੰ ਕਰਜ਼ਾ ਮੁਕਾ, ਇਹ ਰਕਸ਼ਾ ਅਗਰ ਕਿੰਨੀ ਮਿਸਾਲ ਹੈ ਗੱਲ ਟੋਕਣੀ ਹੈ ਜਨਾਬ ਸਫਰ ਸ਼ਰਾ ਸਾਹਿਬ, ਤੁਸੀਂ ਸਾਡੇ ਭਾਈ ਹੋ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਪਏ ਮਾਸ਼ਾ ਅੱਲਾਹ ਪਾਕ ਤਰੱਕੀ ਦਾ, ਇਸ ਨੇ ਵੀ ਜੀ ਅਸਾਂ ਜਨਾਬ ਬਹੁਤ ਖੁਸ਼ ਹਾਂ ਇਸ ਮਾਮਲੇ 'ਚ, ਮਿਹਰਬਾਨੀ, ਤੇ ਜੋ ਆਪ ਕੋਈ ਬੰਦਾ ਗਰੀਬ ਹੋਣਾ ਮੈਂ ਤੱਕਿਆ ਤੁਸੀਂ ਤੁਸੀਂ ਬੜੀ ਚੜੀ ਦੇ ਇਸ ਚੀਜ਼ ਵਿੱਚ ਸਾਕੇ ਨਹੀਂ ਹੋ ਸਰਕਾਰ, ਤਾਂ ਗੱਲ ਇਹ ਆ ਕਿ ਸਾੜੀ ਇਹ ਗੱਲ ਪਹਿਲਾਂ ਨਹੀਂ ਮੁੱਕੀ ਰਹੀ ਹੈ, ਇੱਕ ਵਾਰੀ ਤੁਸੀਂ ਬਾਇਆ ਕਿ ਬੰਦੇ ਜਨਾਬ ਕਾਲੋਨੀ ਚੌਕ ਹੈ ਜਿਹਨਾਂ ਰੰਗਾਂ ਦੀ ਦੁਕਾਨ ਰੱਖੀ ਆ ਸਿਕੰਦਰ ਕਾਲ ਸਾਹਿਬ ਜੀ, ਪਲੱਸ ਜਨਾਬ ਆਪਣੇ ਅਤਾਉਰ ਰਹਿਮਾਨ ਅਤਾਰੀ ਸਾਹਿਬ, ਹੋਰ 6-7 ਬੰਦੇ ਮਤਲਬ ਉਸੀ ਤਰਫੋਂ ਸਾਨੂੰ ਮਾੜੀ ਤਰਫੋਂ ਨਹੀਂ, ਸਾਨੂੰ ਮਾੜੀ ਤਰਫੋਂ ਇੱਕ ਮੈਂ ਸਾਂ ਜਨਾਬ, ਇੱਕ ਮਾੜਾ ਮਾਮੂ ਸੀ, ਇੱਕ ਹੋਰ ਬੰਦਾ ਸਾਂ, 3 ਸਾਂ, ਤਾਂ ਉਹ 4-5 ਬੰਦੇ ਸਨ, ਉਹਨਾਂ ਪੁੱਛਿਆ ਵੀ ਕਿਸ ਤਰ੍ਹਾਂ ਫੈਸਲਾ ਕਰੋ, ਮੈਂ ਜੀ ਬੰਦਾ ਗਰੀਬ ਹੈ, ਜਿਸ ਤਰ੍ਹਾਂ ਤੁਸਾਂ ਕੀ ਮੁਨਾਸਿਬ ਸਮਝਣੇ ਹੋ ਤੁਸੀਂ ਇਸ ਤਰ੍ਹਾਂ ਫੈਸਲਾ ਮੁਕਾਈ ਹੋ, ਫੈਸਲਾ ਇਹ ਮੁੱਕਿਆ ਸੀ ਸਰਕਾਰ ਕਿ 15,000 ਰੁਪਈਆ ਮੈਂ ਸ਼ਹਿਬਾਜ਼ ਹੀ ਦੇਣਾ ਸਵੇਲੇ ਜੀ, ਔਰ ਮਹੀਨੇ ਤੋਂ ਬਾਅਦ ਜਨਾਬ ਜੀ ਮੀਨਸ ਆਖਿਆ ਸੀ ਕਿ ਤੁਸਾਂ ਪਹਿਲੇ ਗੱਲ ਮੁੱਕੀ ਸੀ ਕਿ ਤੂੰ 50,000 ਦੇਣਾ, ਮੈਂ ਜੀ ਮੈਂ 50 ਨਾ ਦੇਣਾ, ਇਹ ਬੰਦਾ ਗਰੀਬ ਹੈ, ਮੈਂ 5-10-20 ਜਿਹੜਾ ਮਾੜੇ ਕੋਲ ਫਾਲਤੂ ਹੋਇਆ ਨਾ ਮੈਂ ਇਸ ਬੰਦੇ ਕੀ ਦੇਸਾਂ, ਔਰ ਮੈਂ ਇਸ ਬੰਦੇ ਨੇ ਹੈਲਪ ਕਰ ਸਕਾਂ ਕਿਉਂਕਿ ਇਸ ਬੰਦੇ ਨਾਲ ਹੋਈ ਹੈ ਆਜ਼ਾਦੀ ਹੋਈ ਹੈ, ਔਰ ਇਸ ਬੰਦੇ ਦੀ ਰਕਸ਼ਾ ਵੀ ਉਹ ਜਿਹੜਾ ਨਾ ਉਹ ਇਸ ਇਹ ਵੀ ਹੈ ਬੰਦਾ ਰੱਖ ਸੀ ਸ਼ਹਿਬਾਜ਼ ਰੱਖ ਸੀ, ਮੈਂ ਨਾ ਰੱਖਾ ਲਾ, ਹੁਣ ਤੁਸੀਂ ਕਹਿ ਰਹੇ ਮੈਂ ਤੁਸੀਂ ਕਿਸੇ ਗੱਲ ਮੁਕਾਉਣਾ ਚਾਹੁੰਦੇ ਸਾਹਿਬ ਸੋਚ ਮਾੜੀ, ਤੁਸੀਂ ਖੁਦ ਆਖਣੇ ਹੋ ਗਰੀਬ ਹੈ ਭਾਈ ਹੈ, ਬਿਲਕੁਲ ਹੀ ਹੁਣ ਸਭ ਗੱਲ ਪਹਿਲੇ ਵੀ ਇਹੀ ਗੱਲ ਬਾਈ ਸੀ, ਤੁਸੀਂ ਭਾਈ ਹੋਰ ਆਪਣੇ ਉਤਾਰ ਮਨ ਤਾਰੀ ਸਾਹਿਬ ਹੋਰ ਵੀ ਜਿਸ ਤਰ੍ਹਾਂ ਜਨਾਬ ਤੁਸੀਂ ਮੁਨਾਸਿਬ ਸਮਝਣੇ ਹੋ, ਜਿਸ ਤਰ੍ਹਾਂ ਤੁਸੀਂ ਬਿਹਤਰ ਸਮਝਣੇ ਹੋ, ਇਹ ਰਕਸ਼ਾ ਤਾਂ ਇੱਕ ਮਾੜਾ ਕੋਲ ਆਲਰੇਡੀ ਹੈ, ਮੈਂ ਚਲਾਉਣਾ ਹੈ, ਤੂੰ ਵੀ ਨਹੀਂ ਮੇਰੀ ਜ਼ਰੂਰਤ ਕੋਈ ਨਹੀਂ, ਅਗਰ ਉਹ ਮਾੜਾ ਭਰਾ ਰਕਸ਼ਾ ਰੱਖਦਾ ਉਸੇ ਕਾਪੀ ਕਾਗਜ਼ ਆਏ ਆ ਜੀ, ਕਿਹੜੇ ਨੇ ਸਰ ਜਿਹੜਾ ਬਾਣਾ ਪਿਆ ਤਾਂ ਦੂਆ ਰਕਸ਼ਾ ਹੈ, ਉਹ ਹੈ ਰਕਸ਼ਾ ਜਿਹੜਾ ਉਹ ਜਿਸ ਨੇ ਤੁਸੀਂ ਬਾਣੇ ਹੋ ਨਾ ਉਹ ਰਕਸ਼ੇ ਨੇ, ਉਸੇ ਨੇ ਕਾਪੀ ਕਾਗਜ਼ਾਂ ਨੂੰ ਰੋਲਾ, ਠੀਕ ਹੈ ਨਾ, ਜਿਹੜਾ ਤੁਸਾਂ ਕੋਲ ਦੂਆ ਉਹ ਕਿਹੜਾ ਹੈ, ਇਹ ਹੈ ਇਹ ਹੈ, ਤੇ ਤੁਸੀਂ ਕਿੰਨੇ ਰੱਖਿਆ ਸੀ ਜਿਹੜੇ ਸਕੋ ਰੱਖਿਆ ਹੈ ਸਰਕਾਰ, ਇਸ ਦੀ ਮਾਲੀਅਤ ਹੈ ਤਕਰੀਬਨ ਇਸ ਵੇਲੇ ਕੋਈ 4.5 ਲੱਖ ਰੁਪਈਆ, ਸਹੀ ਗੱਲ ਹੈ, ਰੱਖਿਆ ਹੈ ਮਹਿੰਗੇ ਨਵੇਂ ਹੈ ਮਾਡਲ ਹੈ ਜਨਾਬ ਜੀ ਜੀ, ਇਹ 4.5 ਲੱਖ ਰੁਪਈਆ ਮਾਲੀ ਜ਼ਰਾ, ਉਸ ਨੂੰ 4 ਲੱਖ ਰੁਪਏ ਦੇਣੀ ਹੋਣਗਾ ਜੀ, ਹਾਂ ਤੇ ਹੁਣ ਮੈਂ ਕਿਸ਼ਤਾਂ ਦੇਣਾ ਵੀ ਨਾ ਕੀ ਹੈ ਕਿ ਮੈਂ ਆਪੂ ਯਕੀਨ ਕਰੋ ਬਈ ਇਹ ਗੱਡੀ ਕਿਸ਼ਤਾਂ ਪਰ ਮੈਂ ਉਸਕੀ ਦੇਈ ਨਾ, ਤੇ ਮੈਂ ਆਪੂ ਇੱਕ 2 ਲੱਖ ਰੁਪਈਆ ਮਹਿੰਗੀ ਗੱਡੀ ਆਉਂਦੀ ਹੈ, ਸਹੀ ਗੱਲ, ਤੇ ਰਕਸ਼ਾ ਮੈਂ 2 ਲੱਖ ਰੁਪਈਆ ਮਹਿੰਗਾ ਆਉਂਦਾ ਕਿ ਚਲੋ ਉਸ ਗਰੀਬਾਂ ਨੂੰ ਭੱਲਾ ਹੋਈ ਜਾਏ, ਤੇ ਚਲੋ ਮੈਂ ਉਸ ਕੋਲੋਂ ਕਿਸਾਂ ਪੈਸੇ ਤਾਂ ਮੈਂ ਅੱਗੇ ਜਿਹੜੇ ਬੰਦੇ ਉਹਨੇ ਦੇ ਦੂਸ, ਵੈਸੇ ਸੱਚੀ ਗੱਲ ਬਾ ਮਾਣੀ ਸੋਚ ਮੁਤਾਬਕ ਕੋਈ ਗੱਲ ਇਹ ਮੁੱਕਣੀ ਲੱਗਣੀ ਨਹੀਂ ਹੈ, ਚਲੋ ਤੁਸੀਂ ਹੁਣ ਇਹ ਗੱਲ ਕਰੋ ਕਿ ਜਿਹੜੇ ਬੰਦੇ ਪਹਿਲੇ ਬਾਲੇ ਤੁਸੀਂ ਨਹੀਂ ਬਾਲੋ, ਫਿਰ ਮੈਂ ਵੀ ਬੇਸਣ ਚਲਾ, ਇਸ ਤਰ੍ਹਾਂ ਕੋਈ ਰਸਤਾ ਅਖਤਿਆਰ ਕੱਢ ਰਹੇ ਹਾਂ ਜਿਸ ਨਾਲ ਦੋ ਪਾਰਟੀ ਨੁਕਸਾਨ ਹੀ ਨਾ ਹੋਵੇ, ਕੰਮ ਹੀ ਤੁਹਾਨੂੰ ਜੇ ਸਰ ਮੈਂ ਆ ਜਾਣਾ ਜਿਹੜਾ ਮਰਜ਼ੀ ਰਾਤੀ ਦਿਹਾੜੀ ਜ਼ਿਲ੍ਹਾ ਮੀ ਬਲਾਸੋ, ਮੈਂ ਆ ਜਾਸਾਂ ਕੋਈ ਮਸਲਾ ਨਹੀਂ, ਜ਼ਿਲ੍ਹਾ ਤੁਸੀਂ ਆਸੋ ਜਨਾਬ, ਜ਼ਿਲ੍ਹਾ ਤੋਂ ਬੈਠੇ ਹੋ ਜਾਂ ਬੰਦੇ ਜਿਸ ਬਲੇ ਮੈਂ ਆ ਜਾ, ਤੇ ਮੈਂ ਸੁਣਿਆ ਸੀ ਤੁਹਾਨੂੰ ਖਿਲਾਫ ਦਰਖਾਸਤ ਹੀ ਥਾਣੇ ਦਿੱਤੀ ਹੈ, ਸਹੀ ਗੱਲ ਹੈ ਜੀ, ਬਿਲਕੁਲ ਦਰਖਾਸਤ ਇਸ ਬੰਦੇ ਦਿੱਤੀ ਸੀ, ਫਿਰ ਮੈਂ ਇਸ ਬੰਦੇ ਪੁੱਛਿਆ ਫੋਨ ਕਰਦਾ ਮੈਂ ਤੂੰ ਇਸ ਤਰ੍ਹਾਂ ਕੀ ਕੀਤਾ, ਮੈਂ ਤੂੰ ਭਰਾ ਖਾਣਾ, ਜਿਹੜੀ ਗੱਲ ਅਸੀਂ ਤੂੰ ਮਨ ਡਾਇਰੈਕਟ ਕਰਿਆ ਔਰ ਤੂੰ ਨਹੀਂ ਸੀ ਤੁਸੀਂ ਦਰਖਾਸਤ ਦੇਣੀ ਚਾਹੀਦੀ, ਤਾਂ ਉਸ ਆਖਿਆ ਜੀ ਮੀਂਹ ਕੁਝ ਬੰਦਿਆਂ ਆਖਿਆ ਸੀ ਕਿ ਤੂੰ ਉਸਦੇ ਖਿਲਾਫ ਦਰਖਾਸਤ ਦੇ, ਯੇ ਕਰ ਵੋ ਕਰ, ਫਿਰ ਪਲੱਸ 5 ਵਜੇ ਸ਼ਾਮੀ ਅਸਾਂ ਕੀ ਟਾਈਮ ਲੱਭਾ ਸੀ ਕਿ ਥਾਣੇ 'ਚ ਉਸ ਨੇ ਗੱਲ ਮੁਕਾਸਾਂ,
ਮੈਂ ਥਾਣੇ ਗਿਆ ਜਨਾਬ, ਤਾਂ ਇਹਨਾਂ 'ਚ ਕੋਈ ਬੰਦਾ ਨਹੀਂ ਉੱਥੇ ਆਇਆ ਥਾਣੇ, ਠੀਕ ਹੈ। ਮੈਂ ਉੱਥੇ ਜਨਾਬ ਗਿਆ ਤਾਂ ਉੱਥੇ ਇੰਤਜ਼ਾਰ ਕਰਨਾ ਇਹਨਾਂ ਨਾਲ, ਫਿਰ ਵੀ ਭਾਈ ਸਨ ਆਪਣੇ ਉੱਥੇ ਨਾਂ ਨਹੀਂ ਮੈਂ ਉਹਨਾਂ ਨੂੰ ਪਤਾ, ਮੁਲਾਜ਼ਮ ਸਨ, ਉਹਨਾਂ ਆਖਿਆ ਵੀ ਉਹ ਬੰਦੇ ਤਾਂ ਕੋਈ ਨਹੀਂ, ਤਾਂ ਤੁਸੀਂ 5-5:30 ਹੋ ਗਏ ਤਾਂ ਤੁਸੀਂ ਲੱਗੇ ਜੋ ਜ਼ਿਲ੍ਹਾ, ਉਹ ਅੱਜ ਤੁਸੀਂ ਬੁਲਾਇਆ ਜਿਹੜਾ ਤੁਸੀਂ ਗਲਤੀ ਘੋਟ ਹੈ ਜੀ। ਮੈਂ ਉਸ ਤੋਂ ਬਾਅਦ ਫਿਰ ਥਾਣੇ ਫੋਨ ਕੋਈ ਨਹੀਂ ਆਇਆ, ਪਰ ਬਰਕਫ ਮੈਗੀ ਅਤਾਰੀ ਸਾਹਿਬ ਨੂੰ ਪਤਾ ਲੱਗਾ ਬਈ ਇੰਨਾ ਬਈ ਇਹ ਬੰਦੇ ਇਹਨਾਂ ਬਈ ਉਸਕੀ ਬੁਲਾਇਆ ਬਈ ਤੂੰ ਗੱਲ ਕਰ ਰਹੀ ਹੈ, ਅਤੇ ਮੈਂ ਫਿਰ ਅਤਾਰੀ ਸਾਹਿਬ ਨਾਲ ਰਾਬਤਾ ਕੀਤਾ, ਮੈਂ ਜਨਾਬ ਜਿੱਥੇ ਤੁਸੀਂ ਆਖਣੇ ਉਸ ਬਹਿਸਾਂ ਜਨਾਬ ਜਿਸ ਤਰ੍ਹਾਂ ਗੱਲ ਮੁਕਾਉਣੇ ਹੋ ਮੈਨੂੰ ਕਬੂਲ ਹੈ। ਚਲੋ ਠੀਕ ਹੈ, ਤੁਹਾਨੂੰ ਪੂਰਾ ਘਰ ਨਾਂ ਹੈ ਜੀ? ਮਾੜਾ ਨਾਂ ਪੂਰਾ ਮੁਹੰਮਦ ਫਰਾਜ਼। ਠੀਕ ਹੈ ਜਨਾਬ, ਬੜੀ ਮਿਹਰਬਾਨੀ, ਅਤੇ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਇਹ ਮਾਮਲਾ ਤੁਹਾਨੂੰ ਠੀਕ ਹੋ ਜਾਏ, ਠੀਕ ਹੈ ਜੀ? ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ? ਬਹੁਤ ਸ਼ੁਕਰੀਆ ਸਬਰ ਸ਼ਰਾਬ ਸਾਹਿਬ, ਬਹੁਤ ਮਿਹਰਬਾਨੀ ਜਨਾਬ ਜੀ, ਅਸੀਂ ਮੌਕਾ ਦਿੱਤਾ। ਜਜ਼ਾਕਲਾ, ਥੈਂਕ ਯੂ।